ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਖਿਮਾ ਚਾਹੁੰਦਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨੇ ਤੁਹਾਡੇ ਦਰਸ਼ਨ ਕਰਨੇ ਸੀ। ਮੈਂ 5-4 ਮਿੰਟ ਦੇ ਵਿੱਚ ਧਾਰਮਿਕ ਇਸ ਸਥਾਨ ਦੀ ਜਿਹੜਾ ਮਹੱਤਵ ਆ ਉਹ ਸਾਰਾ ਤੁਹਾਡੇ ਨਾਲ ਮਹਾਂਪੁਰਸ਼ਾਂ ਨੇ ਸਾਂਝਾ ਕੀਤਾ। ਮੈਂ ਅੱਜ ਸਵੇਰੇ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ, ਪਵਿੱਤਰ ਦਰਬਾਰ ਦੇ ਵਿੱਚ ਹੁਕਮਨਾਮੇ ਦੀ ਕਥਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕੀਤੀ। 1 ਘੰਟੇ ਦੀ ਉਹ ਕਥਾ ਸੀ, ਸ਼ਾਇਦ ਜਿੰਨੀ ਸਰਵਣ ਕੀਤੀ ਹੋਵੇ ਉਹ ਮਹਿਸੂਸ ਕਰਨਗੇ। ਅਸੀਂ ਉੱਥੇ ਬੈਠੇ ਐਵੇਂ ਮਹਿਸੂਸ ਕਰਦੇ ਸੀ ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਗ ਸੰਗ ਹੋ ਕੇ ਉਹ ਸਾਰੀ ਸਾਖੀ ਆਪ ਸੁਣਾ ਰਹੇ। ਉਹਦੇ ਵਿੱਚੋਂ ਜਿਹੜੀ ਇੱਕ ਪਤੇ ਦੀ ਗੱਲ ਜਿਹੜੀ ਆਪਾਂ ਨੂੰ ਅੱਜ ਨੋਟ ਕਰਨੀ ਪਊ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਸਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਪੁੱਤਰ ਜਿਹੜੇ ਗੁਰੂ ਸਾਹਿਬਾਨ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਜਿਹੜੀਆਂ ਤਪੀਆਂ ਰੂਹਾਂ ਆਉਂਦੀਆਂ ਸੀ, ਕੋਈ ਬੱਚੇ ਕੋਈ ਹੋਰ ਬਜ਼ੁਰਗ, ਉਹਨਾਂ ਨੂੰ ਜੀਵਨ ਦਾਨ ਦਿੰਦੇ ਸੀ। ਅਤੇ ਜਿਹਲੇ ਸਤਿਗੁਰੂ ਜੀ ਦੇ ਸਪੁੱਤਰ ਨੇ ਆ ਕੇ ਕਿਹਾ ਕਿ ਮੇਰਾ ਵੀ ਦਰਦ ਦੂਰ ਕਰੋ, ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਜੋਤ ਗੁਰੂ ਰਾਮਦਾਸ ਪਾਤਸ਼ਾਹ ਜੀ ਟਿਕ ਗਈ ਆ। ਇਹ ਆ ਮਹੱਤਵ, ਅੱਜ ਗੁਰੂ ਜੋਤ ਦਸਮ ਪਾਤਸ਼ਾਹ ਜੀ ਨੇ ਉਸ ਪਵਿੱਤਰ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰਾਂ ਨੂੰ ਨਮਸਕਾਰ ਕਰਕੇ ਕੀਤੀ ਸੀ। ਅੱਜ ਸਮਾਂ ਆ ਇਹ ਮਹਿਸੂਸ ਕਰਨ ਦਾ, ਅੱਜ ਗੁਰ ਸ਼ਬਦ ਦੇ ਵਿੱਚ ਹੀ, ਕਿਉਂਕਿ ਬੜੀਆਂ ਵਿਉਂਤਬੰਦੀਆਂ ਹੋ ਰਹੀਆਂ। ਅੱਜ ਮੈਂ ਧਾਰਮਿਕ ਤੌਰ 'ਤੇ ਨਹੀਂ ਬੋਲਣਾ, ਮੈਂ 2-4 ਮੁੱਦੇ ਜਿਹੜੇ ਤਪਦੇ ਆ, ਕਿਉਂਕਿ ਆਪਾਂ ਸਟੇਜਾਂ 'ਤੇ ਸਾਰੇ ਸਾਂਝੇ ਕਰਨੇ, ਸਿੱਖ ਕੌਮ ਨਾਲ ਸੰਬੰਧਿਤ ਆ। ਮੈਂ ਕਹਿਣਾ ਚਾਹੁੰਦਾ ਕਿ ਇਸ ਧਰਤੀ 'ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ, ਇਸ ਧਰਤੀ 'ਤੇ ਕਾਂਗਰਸ ਦੀ ਵੀ ਸਰਕਾਰ ਬਣੀ, ਆਹ ਜਿਹੜੀ ਅੱਜ ਸਰਕਾਰ ਬਣੀ ਆ, ਸ਼ਰਮ ਨਹੀਂ ਆਉਂਦੀ ਸਾਨੂੰ, ਸ਼ਰਮ ਮਹਿਸੂਸ ਹੋਣ ਲੱਗੀ। ਜਦੋਂ ਵੀ ਕੋਈ ਸ਼ਤਾਬਦੀ ਆਈ, ਪੰਜਾਬ ਸਰਕਾਰ ਕਿਸੇ ਦੀ ਵੀ ਸੀ, ਉਹਨਾਂ ਨੇ ਵੱਧ ਚੜ੍ਹ ਕੇ ਮਨਾਈ। ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ, ਅੱਜ ਕੋਈ ਇੱਕ ਇਸ਼ਤਿਹਾਰ ਤੱਕ ਨਹੀਂ ਲਾ ਸਕੇ। ਅੱਜ ਇਹ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ, ਪੰਜਾਬੀਆਂ ਦੀ ਸਰਕਾਰ ਆ, ਜਿਹੜੀ ਇਸ ਪਵਿੱਤਰ ਧਰਤੀ ਦੇ ਉੱਤੇ ਸ਼ਤਾਬਦੀ 450 ਸਾਲਾਂ ਮਨਾ ਹੋ ਰਹੀ ਆ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। 20 ਦਿਨ ਹੋ ਗਏ ਬਹੀਨਾ ਘੱਤ ਕੇ ਲੋਕਾਂ ਨੂੰ ਆਉਂਦਿਆਂ ਨੂੰ, ਅਤੇ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਕੰਨ ਅੱਜ ਬੋਲੇ ਬੈਠੇ ਆ। ਮੈਂ ਸਮਝਦਾ ਬੜੀ ਵੱਡੀ ਇੱਕ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ, ਭੁੱਲ ਨਹੀਂ ਕਹਿ ਸਕਦੇ, ਵੋਟਾਂ ਪਾਈਆਂ ਸਾਰਿਆਂ ਨੇ। ਮੇਰਾ ਕੋਈ ਪੋਲੀਟੀਕਲ ਬੋਲਣ ਦਾ ਮਹੱਤਵ ਨਹੀਂ ਗਾ, ਪਰ ਧਾਰਮਿਕ ਤੌਰ 'ਤੇ ਮੈਂ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ, ਇਹ ਧਰਤੀ ਗੁਰਾਂ ਦੀ ਧਰਤੀ ਆ। ਇਸ ਧਰਤੀ ਦੇ ਉੱਤੇ ਤੁਸੀਂ ਜੇ ਇੰਨਾ ਵੀ ਨਹੀਂ ਕਰ ਸਕਦੇ, ਫਿਰ ਤੁਹਾਨੂੰ ਇਸ ਧਰਤੀ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ। ਦੂਸਰੀ ਬੇਨਤੀ, ਮੈਂ ਤਖ਼ਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ, ਤਖ਼ਤ ਹਜ਼ੂਰ ਸਾਹਿਬ ਜੀ ਤੋਂ ਉਹ ਆ ਕੇ ਚੱਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਕੁਲਵੰਤ ਸਿੰਘ ਜੀ ਉੱਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ। ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ, ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਇਓ, ਉਸ ਤਖ਼ਤ ਦਾ ਬਹੁਤ ਵੱਡਾ ਸਤਿਕਾਰ ਆ, ਪਰ ਧਾਰਮਿਕ ਤੌਰ 'ਤੇ ਇੱਕ ਮਰਿਆਦਾ ਹੁੰਦੀ ਸਾਡੀ,
ਜਥੇਦਾਰ ਸਿੰਘ ਸਹਿਬਾਨ ਅਕਾਲ ਤਖ਼ਤ ਬੈਠੇ ਆ, ਸਿੰਘ ਸਾਹਿਬ ਸਾਡੇ ਦਮਦਮਾ ਸਾਹਿਬ ਬੈਠੇ ਆ, ਸਿੰਘ ਸਾਹਿਬ ਸਾਡੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੈਠੇ ਆ, ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ। ਇਹ ਮਰਿਆਦਾਵਾਂ ਦਾ ਉਲੰਘਣ ਨਾ ਕਰੀਏ। ਗੁਰੂ ਦੀ ਕਾਰ ਆ, ਗੁਰੂ ਦੀ ਇੱਕ ਸਿਰਪਾ ਦੀ ਬਖਸ਼ ਦੇਣ ਦਾ ਇੱਕ ਸਿਸਟਮ ਆ, ਇੱਕ ਤਰੀਕਾ ਆ। ਮੈਂ ਨਿਮਰਤਾ ਸਾਹਿਬ ਦੋਨੇ ਤਖ਼ਤ ਸਾਹਿਬਾਨ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ ਮੀਡੀਆ ਆਇਆ, ਇੱਕ ਵੱਡਾ ਬੰਦਾ ਆਇਆ, ਮੀਡੀਆ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ। ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ, ਸਰਕਾਰਾਂ ਚਲੀਆਂ ਜਾਣੀਆਂ, ਉਹ ਤਖ਼ਤ ਪਟਨਾ ਸਾਹਿਬ ਇੱਦਾਂ ਹੀ ਰਹਿਣਾ, ਤਖ਼ਤ ਹਜ਼ੂਰ ਸਾਹਿਬ ਇੱਦਾਂ ਹੀ ਰਹਿਣਾ, ਉੱਥੋਂ ਦੀਆਂ ਮਰਿਆਦਾਵਾਂ ਦਾ ਉਲੰਘਣ ਨਾ ਕਰੀਏ। ਜਿਹੜੇ ਲੋਕ ਪੰਜਾਬ ਨੂੰ ਕੋਹ ਕੋਹ ਕੇ ਮਾਰਦੇ ਰਹੇ, ਜਿਨ੍ਹਾਂ ਨੇ ਜਵਾਨੀ ਦਾ ਕਾਣ ਕੀਤਾ ਇਸ ਧਰਤੀ ਦੇ ਉੱਤੇ, ਆਪਾਂ ਸਤਿਕਾਰ ਦੇਈਏ ਉਹਨਾਂ ਨੂੰ। ਠੀਕ ਹੈ, ਸਤਿਕਾਰ ਦਿਓ, ਮੈਂ ਮਨਕਰ ਨਹੀਂ ਹੁੰਦਾ, ਪਰ ਸਤਿਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ। ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹੁੰਦਾ, ਤਖ਼ਤ ਦੇ ਜਥੇਦਾਰ ਬੈਠੇ ਆ, ਪਰ ਮੈਂ ਬਾਬਾ ਕੁਲਵੰਤ ਸਿੰਘ ਜੀ, ਕਿਉਂਕਿ ਆਪ ਨੇ ਉੱਥੇ ਵਿਧੀ ਆ, ਉਹਨਾਂ ਦਾ ਬਿਆਨ ਵਿਧਾਨ ਆ, ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ, ਪਰ ਆਪਾਂ ਕੋਈ ਮਰਿਆਦਾਵਾਂ ਰੱਖੀਏ। ਫਿਰ ਪੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ 'ਤੇ ਬੋਲਦਾ ਕਿਉਂ ਨਹੀਂ, ਕਿਉਂਕਿ ਉਹ ਤਖ਼ਤ ਸਤਿਕਾਰ ਜੋ ਗਿਆ ਉਸ ਧਰਤੀ ਦੇ, ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ। ਇਸ ਕਰਕੇ ਮੈਂ ਅੱਜ ਨਿਮਰਤਾ ਸਾਹਿਬ ਇੱਥੋਂ ਬੇਨਤੀ ਕਰਨੀ ਚਾਹੁੰਦਾ, ਸ਼ਤਾਬਦੀ ਵੀ ਠੀਕ ਮਨਾ ਰਹੇ ਹਾਂ, ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ, ਸੋ ਇਸ ਕਰਕੇ ਨਿਮਰਤਾ ਸਾਹਿਬ ਬੇਨਤੀ ਆ, ਉਹਨਾਂ ਪ੍ਰਬੰਧਾਂ ਦੇ ਵਿੱਚ ਜਿਲ੍ਹੇ ਕੋਈ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ, ਸਿਸਟਮ ਦੇ ਵਿੱਚ ਸਿਸਟਮ ਚੱਲੇ। ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ, ਅਸੀਂ ਉਹਦੇ ਮਦਈ ਨੇ, ਉਹਦੇ ਮੁੱਢੋਂ ਦੁਸ਼ਮਣ ਹਾਂ। ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਵਿਤਕਰਾ ਕੀਤਾ, 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ, ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ, ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮੁਨਕਰ ਹੋ ਗਏ। ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣ ਆ ਪੰਥ ਦੀ, 1984 ਦੇ ਵਿੱਚ ਬੜਾ ਵੱਡਾ ਕਾਂਡ ਪੀੜਿਆ, 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ, ਉਹ ਅੱਜ ਜਾ ਕੇ ਗੱਲ ਕਰ ਰਿਹਾ, ਮੈਂ ਉਹਦਾ ਪੱਖ ਨਹੀਂ ਪੂਰ ਰਿਹਾ, ਮੈਂ ਉਹਦੇ ਹੱਕ ਦੀ ਗੱਲ ਜਿਹੜੀ ਵਾਜਬ ਬਣਦੀ ਆ ਮੈਂ ਪੁੱਛਣਾ ਚਾਹੁੰਦਾ। ਜਿਹੜੇ ਉੱਥੇ ਘਰਾਓ ਕਰਦੇ ਆ, ਆ ਜਿਹੜੇ ਰਾਜਸਥਾਨ 'ਚ ਸਾਡੀ ਬੀਬੀ, ਦੋ ਬੀਬੀਆਂ ਗਈਆਂ, ਕੀ ਕਸੂਰ ਸੀ ਉਹਨਾਂ ਦਾ? ਜੁਡੀਸ਼ੀਅਲ ਸਰਵਿਸ ਦੇ ਵਿੱਚ ਜਾਣਾ ਸੀ, ਕਹਿੰਦੇ ਕਿਰਪਾਨ ਵੀ ਲਾ ਦਿਓ, ਕੜਾ ਵੀ ਲਾ ਦਿਓ, ਅਤੇ ਤੁਹਾਨੂੰ ਤਦ ਸ਼ਰਮ ਨਾ ਆਈ? ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ? ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ, ਸਾਡੇ ਮੁੰਡਲੇ ਅਧਿਕਾਰ ਆ, ਸਾਡੇ ਮੌਲਿਕ ਅਧਿਕਾਰ ਆ, ਪਰ ਮੌਲਿਕ ਅਧਿਕਾਰਾਂ ਦਾ ਵੀ ਕਾਣ ਕੀਤਾ ਜਾ ਰਿਹਾ। ਹੁਣ ਅਸੀਂ ਕੋਰਟਾਂ 'ਚ ਜਾਈਏ, ਜੇ ਤਾਂ ਅਸੀਂ ਗੁਲਾਮ ਹਾਂ ਤਾਂ ਸਾਨੂੰ ਕਹੋ ਤੁਹਾਡੇ 'ਤੇ ਨਾਦਰਸ਼ਾਹੀ ਫਰਮਾਨ ਆ, ਅਤੇ ਜੇ ਅਸੀਂ ਆਜ਼ਾਦ ਹਾਂ ਅਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ, ਅਤੇ ਫਿਰ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ? ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ। ਸੋ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ, ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ, ਕੜੇ ਛੜੇ ਆਮ ਲਹਾਈ ਜਾਂਦੇ, ਅਸੀਂ ਰੌਲਾ ਪਾ ਪਾ ਕੇ ਥੱਕ ਗਏ। ਕੀ ਗੱਲ, ਕੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਵੱਡਾ? ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸਿਰਮੌਰ ਇੱਕ ਆਪਣੇ ਨਿਸ਼ਾਨ ਆ, ਅਤੇ ਆਪਾਂ ਫਿਰ ਉੱਥੇ ਬੋਲਦੇ ਤੱਕ ਨਹੀਂ, ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ। ਮੈਂ ਇਸ ਕਰਕੇ ਕਹਿਣਾ ਚਾਹੁੰਦਾ, ਅਸੀਂ ਮਦਈ ਕੇਵਲ ਤਾਂ ਕੇਵਲ ਗੁਰਮਰਿਆਦਾ ਦੇ ਬਣੀਏ, ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ, ਪਰ ਕਈ ਵਾਰੀ ਰਾਜਸੀ ਸੋਟੀਆਂ
ਰਾਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਘਰਨ ਕਰਦੇ ਆ, ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ। ਮੈਂ ਆ ਕਹਿਣਾ ਚਾਹੁੰਦਾ ਇਸ ਧਰਤੀ ਤੋਂ ਅੱਜ ਕਿ ਆਪ ਦੀ ਸਰਕਾਰ ਆਈ ਸੀ, ਆਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕੀ ਕਸੂਰ ਆ ਉਹਦਾ, ਤਿੰਨ ਵਾਰ ਪਟੀਸ਼ਨ ਗਈ ਕੇਜਰੀਵਾਲ ਦੇ ਕੋਲ, ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰੱਖ ਹੋਇਆ, ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ, ਤੁਸੀਂ ਮੈਨੂੰ ਕਹੋਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ, ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ। ਹੈ ਵੀ ਤਲਕਾਤ ਮੇਰਾ, ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਨੀ, ਹੋਰ ਕੌਣ ਕਰੂੰਗਾ, ਸਾਡਾ ਮੀਰੀ ਪੀਰੀ ਦਾ ਸਿਧਾਂਤ ਆ। ਪਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਤਿੰਨ ਵਾਰੀ ਪਈ ਰਹੀ ਪੈਂਡਿੰਗ, ਆ ਜਦੋਂ ਸਰਕਾਰ ਬਣੀ ਤਾਂ ਕੈਂਸਲ ਕਰਕੇ ਮਾਰੀ। ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ? ਸੋਚੋ ਕਿ ਅੱਜ ਬੰਦੀ ਸਿੰਘ ਸਾਡੇ, ਦੇਖੋ ਕਿੱਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ। ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਵਾਲੇ ਨਾਲ ਮੁਲਾਕਾਤ ਕੀਤੀ, ਸਿੰਘ ਸਾਹਿਬ ਨੂੰ ਨਾਲ ਮੇਰੇ ਸੀ, ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ, ਅਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਉਹ ਮਰਸੀ ਪਟੀਸ਼ਨ, ਉਹ ਵਾਪਸ ਲੈ ਲਓ। ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ, ਪਰ ਜਥੇਬੰਦੀਆਂ ਸੁੱਤੀਆਂ ਪਈਆਂ। ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ, ਫਾਂਸੀ ਦੀ ਚੱਕੀ ਉਡੀਕ ਰਿਹਾ, 18 ਸਾਲ ਜੇਲ੍ਹ 'ਚ ਬੈਠਾ, ਅਤੇ ਆਪਾਂ ਚੁੱਪ ਕਰਕੇ ਬੈਠੇ ਹਾਂ। ਕੀ ਨਿਰਣਾ ਨਹੀਂ ਕੋਈ ਕਰਾਂਗੇ? ਹੁਣ ਅਸੀਂ ਔਰ ਉਹਦੀ ਭੈਣ ਵਿਚਾਰੀ ਬਿਮਾਰ ਆ, ਫੇਫੜਿਆਂ ਦੀ ਬਿਮਾਰੀ ਆ, ਅਤੇ ਉਹ ਵਿਚਾਰੀ ਉੱਥੇ ਟ੍ਰੀਟਮੈਂਟ ਕਰਾਉਂਦੀ ਆ, ਅਤੇ ਭਾਈ ਰਾਜੋਆਣਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਹੁਣ ਸੁਪਰੀਮ ਕੋਰਟ ਚੈਲੇਂਜ ਕੀਤਾ। ਸੁਪਰੀਮ ਕੋਰਟ ਦੇ ਵਿੱਚ ਚੈਲੇਂਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ, ਇਸ ਫਾਂਸੀ ਦਾ ਫੈਸਲਾ ਕਰੋ। ਅੱਜ 3 ਸਾਲ ਹੋ ਚੱਲੇ ਆ, ਕੋਈ ਫੈਸਲਾ ਨਹੀਂ ਹੋਇਆ। ਅੱਜ ਅਸੀਂ ਹੁਣ ਫਿਰ ਪਟੀਸ਼ਨ ਪਾਈ ਆ ਰਾਜੋਆਣਾ ਸਾਹਿਬ ਦੇ ਕਹਿਣ 'ਤੇ। ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ, ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ। ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ, ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਹਟ ਦੇ ਵਿੱਚ, ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ, ਇੱਕ ਪਾਸੇ ਕਰੀਏ ਗੱਲ ਸਾਰੀ ਹੁੰਦੀ ਆ। ਸੋ ਵੀਰੋ, ਉਹਨਾਂ ਦੇ ਨਾਲ ਆ ਸਾਡੇ ਪਿੱਛੇ ਭਾਈ ਗੁਰਦੀਪ ਸਿੰਘ ਜੀ ਖੈੜਾ, ਉਹ ਆ ਕੇ ਗਏ, 34ਵਾਂ ਸਾਲ ਸ਼ੁਰੂ ਹੋ ਗਿਆ। ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ, ਅਵਤਾਰ ਸਿੰਘ ਤਾਰਾ, ਭਾਈ ਅਵਤਾਰ ਸਿੰਘ ਭਿਓਰਾ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ। ਕੈਦਾਂ ਪੂਰੀਆਂ ਹੋ ਚੁੱਕੀਆਂ, ਕੋਈ ਕਾਨੂੰਨ ਨਹੀਂ, ਪਰ ਸਾਡੇ 'ਤੇ ਕਾਨੂੰਨ ਜਿਹੜਾ ਉਹ ਵੱਖਰਾ ਜਾਰੀ ਕੀਤਾ ਜਾਂਦਾ। ਸੋ ਮੈਂ ਸਿੱਖ ਕੌਮ ਨੂੰ ਵੀ, ਕਿਉਂਕਿ ਤੁਸੀਂ ਬਹੁਤ ਸਤਿਕਾਰ ਨਾਲ ਪਹੁੰਚੇ ਹਾਂ, ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ, ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ, ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ। ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕੇ ਆ, ਉਹਨਾਂ ਨਾਲ ਵੀ ਵਿਤਕਰਾ ਬਹੁਤ ਵੱਡਾ ਹੋ ਰਿਹਾ। NSA ਦਾ ਕੋਈ ਪ੍ਰੋਵੀਜ਼ਨ ਨਹੀਂ, ਅਤੇ NSA ਜਿਹੜੀ ਆ ਉਹ ਸਾਲ ਪੂਰੀ ਹੋ ਗਏ, ਮੁੜ ਫੇਰ ਦੂਆ ਸਾਲ ਲਾ ਦਿੱਤਾ। ਸੋ ਵਿਤਕਰੇ 'ਤੇ ਵਿਤਕਰਾ ਹੋ ਰਿਹਾ। ਅਸੀਂ ਇੱਕ, ਮੈਂ ਹੁਣ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ, ਮਹਾਨ ਸ਼ਹੀਦ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਸੀ, ਆ ਇੱਕ MP ਬਣੀ ਆ, ਇਹਨਾਂ ਦੀ ਮੈਂ ਨਾਂ ਨਹੀਂ ਲੈਣਾ, ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ, ਆ ਹੁਣ ਫਿਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ, ਅਤੇ ਤੁਸੀਂ ਸਾਰੇ ਇਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ, ਸੰਤ ਚਪਾਹੀ ਸੀ, ਸ਼ਹੀਦ ਆ ਕੌਮ ਦੇ, ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ। ਇਹ ਮੈਂ
ਮੈਂ ਕਹਿਣਾ ਚਾਹੁੰਦਾ, ਅਸੀਂ ਤਾਂ ਚੁੱਪ ਕਰ ਜਾਂਦੇ ਕਈ ਵਾਰੀ, ਸਿੱਖ ਮੁੱਦਿਆਂ 'ਤੇ ਵੀ ਚੁੱਪ ਕਰ ਜਾਂਦੇ। ਜਿਸ ਮਸਲੇ 'ਤੇ ਸੰਤਾਂ ਨੇ ਉਸ ਧਰਤੀ 'ਤੇ ਸ਼ਹੀਦੀ ਪਾਈ, ਉਹਨੇ ਪ੍ਰਣ ਕੀਤਾ ਸੀ ਵੀ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਟਕਸਾਲ ਦੇ ਤਿੰਨ ਮਹਾਨ ਸ਼ਹੀਦ ਹੋਏ ਆ, ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਬੈਠੇ, ਇੱਕ ਇੱਧਰ ਪੱਛਮ ਵਾਲੀ ਬਾਜੀ ਨੂੰ ਬੈਠੇ ਆ, ਇੱਕ ਬੁੰਗਾ ਬਾਬਾ ਗੁਰਬਖਸ਼ ਸਿੰਘ ਦਾ ਬੈਠਾ। ਸੋ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕੋਈ ਹੱਲ ਕੱਢੀਏ। ਮੈਂ ਜਜ਼ਬਾਤੀ ਨਹੀਂ ਬੋਲ ਰਿਹਾ, ਪਰ ਮੈਂ ਬੋਲਾਂ ਵੀ ਕਿੱਥੇ, ਇਹਨਾਂ ਸਟੇਜਾਂ 'ਤੇ ਬੋਲੂੰਗਾ। ਅਤੇ ਜੇ ਆਪਾਂ ਇੱਦਾਂ ਦੇ ਮੁੱਦਿਆਂ 'ਤੇ ਵੀ ਚੁੱਪ ਰਹਾਂਗੇ, ਫਿਰ ਮਿੱਤਰੋ ਹੌਲੀ ਹੌਲੀ ਅੰਬਾਲੇ ਪਹੁੰਚ ਗਏ ਆ, ਫਿਰ ਆਪਣੇ ਵਿੱਚ ਆ ਵੜਨਗੇ। ਆਹ ਹੁਣ ਦੇਖੋ ਅੰਬਾਲੇ ਦੇ ਵਿੱਚ ਪਿੱਛੇ ਆਹ ਹੁਣ ਉਹਨਾਂ ਨੇ ਮੀਟਿੰਗ ਉੱਥੇ ਕੀਤੀ, ਸਿੰਘ ਸਾਹਿਬ ਗਏ ਸੀ, ਅਤੇ ਅੱਜ ਹਰਿਆਣੇ ਦਾ ਸਾਰਾ ਪ੍ਰਬੰਧ ਤਹਿਸ਼ ਨਹਿਸ਼ ਕਰ ਦਿੱਤਾ। ਕਿਉਂ ਕੀਤਾ ਤਹਿਸ਼ ਨਹਿਸ਼? ਇਸ ਕਰਕੇ ਹੋ ਗਿਆ ਕਿਉਂਕਿ ਸਰਕਾਰ ਦੀ ਮੁੱਠੀ ਚਾਪੀ ਕਰਨ ਲੱਗ ਪਏ, ਆਪਣੇ ਜਿਹੜੇ ਅੰਦਰ ਜਿਸ ਫਰਜ਼ ਲਈ ਤੁਹਾਨੂੰ ਚੁਣਿਆ ਸੀ ਉਹ ਫਰਜ਼ ਖਤਮ ਕਰ ਦਿੱਤੇ। ਅੱਜ ਦਿੱਲੀ ਕਮੇਟੀ ਦਾ ਕੀ ਹਾਲ ਆ? ਮੈਂ ਮੈਂਬਰ ਹਾਂ ਉੱਥੋਂ ਦਾ, ਪਰ ਅੱਜ ਆਪਾਂ ਉਹ ਵੀ ਦੇਖੀਏ, ਸਿੱਧੇ ਮੈਂਬਰ BJP ਦੀ ਪਾਰਟੀ 'ਚ ਜਾ ਰਹੇ ਆ। ਲੋਕਾਂ ਨੇ ਚੁਣਿਆ ਸੀ ਗੁਰੂ ਦੀ ਗੋਲਕ ਅਤੇ ਗੁਰੂ ਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ, ਪਰ ਅੱਜ ਆਪਾਂ ਉਹ ਵੀ ਭੁੱਲ ਗਏ ਸਾਰੇ। ਅਤੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਜੇ ਆਪਾਂ ਮਿੱਤਰੋ, ਫਿਰ ਇੱਦਾਂ ਹੀ ਹੋਇਆ ਅੱਜ ਤਖ਼ਤ ਪਟਨਾ ਸਾਹਿਬ, ਅੱਜ ਤਖ਼ਤ ਹਜ਼ੂਰ ਸਾਹਿਬ ਨੋਮੀਨੇਸ਼ਨ ਹੁੰਦੀ ਪ੍ਰਧਾਨ ਦੀ, ਅਤੇ ਜੇ ਫਿਰ ਗਾਹਾਂ ਟੱਪ ਕੇ ਆ ਗਿਆ ਬਾਰਡਰ ਸ਼ੰਭੂ ਗਾਹ ਨੂੰ, ਅਤੇ ਫਿਰ ਆਹ ਜਿਹੜੀ ਮਰਿਆਦਾ ਦੇ ਵਿੱਚ ਅੱਜ ਸਿੱਖ ਕੌਮ ਬੈਠੀ, ਇੱਦਾਂ ਨਹੀਂ ਹੋਣੀ। ਫਿਰ ਮਹਾਨਤਾ ਵਾਲਾ ਕੰਮ ਹੋਊਗਾ, ਸਰਕਾਰੀ ਜਥੇਦਾਰ ਆਉਣਗੇ, ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ। ਇਹ ਇੱਕ ਸਵਾਲੀਆ ਚਿੰਨ੍ਹ ਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣਾ। ਸ਼ਤਾਬਦੀ ਆ ਗੁਰੂ ਨੂੰ ਸਮਰਪਿਤ ਆ, ਉਹ ਗੁਰੂ ਜਿਸ ਗੁਰੂ ਨੇ ਅਕਬਰ ਨੂੰ ਬਰਾਬਰ ਬਹਾਲਿਆ, ਜਿਸ ਅਕਬਰ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਜੀ ਕੋਈ ਲਾ ਦਿਆਂ, ਇਸ ਨਾਲ ਜੈਲ ਲਾ ਦਿਆਂ, ਗੁਰੂ ਸਾਹਿਬ ਕਹਿੰਦੇ ਇਹ ਗੁਰੂ ਬਖਸ਼ਿੰਦ। ਗੁਰਬਾਣੀ ਸਾਡਾ ਗੁਰੂ ਆ, ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ, ਕਿਸੇ ਹੋਰ ਦੀ ਲੋੜ ਨਹੀਂ, ਕੇਵਲ ਤਾਂ ਕੇਵਲ ਸਾਡੀ ਅਗਵਾਈ ਗੁਰਸ਼ਬਦ ਕਰਦਾ, ਅੱਜ ਵੀ ਅਗਵਾਈ ਕਰਦਾ, ਅੱਜ ਵੀ ਗੁਰੂ ਕੇ ਸਿੱਖ ਮੌਜੂਦਾ ਸਮੇਂ ਵਿੱਚ ਵੀ ਜਿਹੜੇ ਗੁਰਬਾਣੀ ਗਾਇਣ ਕਰਦੇ ਆ, ਗੁਰਬਾਣੀ ਗਾਇਣ ਕਰਕੇ ਸਰਮਣ ਕਰਕੇ ਉਹਤੇ ਵਿਚਾਰ ਕਰਕੇ ਉਹਦੇ 'ਤੇ ਚੱਲਦੇ ਵੀ ਆ, ਧੰਤਾਂ ਦੇ ਯੋਗ ਆ। ਸੋ ਗੁਰੂ ਸਾਹਿਬ ਕਿਰਪਾ ਕਰਨ। ਇੱਕ ਹੋਰ ਬਹੁਤ ਵਧੀਆ ਜਿਹੜਾ ਬਹੁਤ ਸਾਡੇ ਲਈ ਇੱਕ, ਮੈਂ ਅੱਗੇ ਪਿੱਛੇ ਇਹ ਵੀ ਗੱਲ ਕੀਤੀ ਸੀ ਕਿ ਆਹ ਜਿਹੜੀਆਂ ਹੇਟ ਸਪੀਚ, ਨਫ਼ਰਤੀ ਜਿਹੜੀਆਂ ਸਪੀਚਾਂ ਜਾਂ ਨਫ਼ਰਤੀ ਤੌਰ ਦੇ ਉੱਤੇ ਸਾਡੀਆਂ ਗੁਰਮਤ ਨੂੰ ਰਲਗੜ ਕੀਤਾ ਜਾ ਰਿਹਾ, ਸੋਸ਼ਲ ਮੀਡੀਆ 'ਤੇ ਰਲਗੜ ਕੀਤਾ ਜਾ ਰਿਹਾ, ਮੇਰਾ ਖਿਆਲ ਜੇ ਮੈਂ ਝੂਠ ਨਹੀਂ ਬੋਲਦਾ, ਸਾਡੇ ਜਸਕਰਨ ਅਤੇ ਹਰਭਜਨ ਬੈਠੇ ਆ, ਅਨੇਕਾਂ ਕੰਪਲੇਂਟਾਂ ਪਾ ਪਾ ਕੇ ਥੱਕ ਗਏ ਹਾਂ ਕਿ ਇਹ ਝੂਠ ਜਿਹੜਾ ਇਹਨੂੰ ਪੱਕਾ ਕਰੋ ਕਿ ਇਹ ਤਾਂ ਪੱਕਾ ਬੰਦ ਹੋ ਜਾਏ, ਪਰ ਕਿਉਂਕਿ ਚਸ ਕੇ ਲੈ ਰਹੇ ਆ, ਸਿੱਖਾਂ ਨਾਲ ਹੋ ਰਹੀ ਆ ਨਾ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਇਹ ਅੱਗ ਕਈ ਵਾਰੀ ਆਪਣੇ ਵੀ ਬਲ ਜਾਂਦੀ ਆ। ਸੋ ਵੀਰੋ ਨਿਮਰਤਾ ਸਹਿਤ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਉਂਦਾ ਸਮਾਂ ਭਿਆਂਕਰ ਵੀ ਆ ਸਾਡੇ ਲਈ, ਭਿਆਂਕਰ ਇਸ ਕਰਕੇ ਆ, ਭਰਾ ਮਾਰੂ ਜੰਗ ਵੱਡੇ ਵੱਡੇ ਪੱਧਰ 'ਤੇ ਉੱਤੇ ਆ। ਆਪਾਂ ਤਖ਼ਤਾਂ ਦੀ ਪਰਵਾਹ ਛੱਡੀਏ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਈਏ। ਅਗਲਾ ਹਮਲਾ ਅਕਾਲ ਤਖ਼ਤ 'ਤੇ ਆ, ਉਹ ਕਿਹੜੇ ਰੂਪ ਦੇ ਵਿੱਚ? ਉਹ ਸਾਡੇ ਰੂਪ ਦੇ ਵਿੱਚ ਆ, ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫਿਰ ਅਕਾਲ ਤਖ਼ਤ ਜਿਹੜਾ ਆ ਉਹਦਾ ਓਡਾ ਮਹੱਤਵ ਨਹੀਂ ਰਹੂ। ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੇ, ਕੋਈ ਸਿੱਖ ਖਨਾਮੀ ਕਰੇ ਕੁਛ ਕਰੇ,
ਉਹਨੂੰ ਪ੍ਰੇਰਨਾ ਨਹੀਂ, ਉਹਨੂੰ ਇਹ ਗੱਲ ਆ ਕਿ ਆ ਕੇ ਸ਼੍ਰੀ ਅਕਾਲ ਤਖਤ 'ਤੇ ਨਤਮਸਤਕ ਹੋ ਜਾਏ। ਉਹ ਹਮੇਸ਼ਾ ਹੀ ਪਾਕ ਅਤੇ ਪਵਿੱਤਰ ਹੁੰਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ, ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਾਹਿਬਾਨ ਦਾ ਜਿਨ੍ਹਾਂ ਨੇ ਨਗਰ ਕੀਰਤਨਾਂ 'ਚ ਵੀ ਹਾਜ਼ਰੀ ਭਰੀ। ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਵੀਰ ਸਿੰਘ ਜੀ ਜਿਹੜੇ ਸਾਰੇ ਦਲ ਪਥਾਂ ਦੀ ਔਰ ਸਮੁੱਚੇ ਨਿਹੰਗ ਸਿੰਘਾਂ ਦੀ ਪ੍ਰਤੀਨਿਧ ਕਰਦੇ ਆ, ਉਹਨਾਂ ਦਾ ਧੰਨਵਾਦ ਕਰਦਾ। ਬਿਧੀ ਚੰਦ ਬਾਬਾ ਜੀ, ਬਾਬਾ ਬਿਧੀ ਚੰਦ ਜੀ ਦੀ ਮਹਾਨ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਵੱਲੋਂ ਸਾਡੇ ਬਾਬਾ ਜੋਗਾ ਸਿੰਘ ਜੀ, ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਔਰ ਬਹੁਤ ਸਾਰੇ ਮੈਂ ਅਚੇਚੇ ਤੌਰ 'ਤੇ ਦੋਏ ਜਿਹੜੇ ਭਾਈ ਦਇਆ ਸਿੰਘ ਦੀ ਅੰਸ ਅਤੇ ਬਾਂਸ ਦੇ ਵਿੱਚੋਂ ਆ ਤੁਹਾਡੇ ਦਰਸ਼ਨ ਵੀ ਕੀਤੇ ਜਿਨ੍ਹਾਂ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ। ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਸਾਰੇ ਨਿਕਲੇ ਆ ਕਿਉਂਕਿ ਦੋ ਜਥੇਬੰਦੀਆਂ ਬੈਠੀਆਂ ਬੁੱਢਾ ਦਲ ਅਤੇ ਨਾਲ ਦਮਦਮੀ ਟਕਸਾਲ, ਇਹ ਜਥੇਬੰਦੀਆਂ ਗੁਰੂ ਸਾਹਿਬ ਦੇ ਵੇਲੇ ਦੀਆਂ ਚੱਲੀਆਂ ਆ ਰਹੀਆਂ ਪਰ ਇਹ ਜਿਹੜੀਆਂ ਬਾਕੀ ਜਿੰਨੀਆਂ ਵੀ ਸੰਪਰਦਾਵਾਂ ਚੱਲੀਆਂ ਚਾਹੇ ਨਾਨਕਸਰੀਏ ਚਾਹੇ ਕਲੇਰਾਂ ਵਾਲੇ ਕੋਈ ਵੀ, ਉਹ ਸਾਰੇ ਭਾਈ ਦਇਆ ਸਿੰਘ ਦੀ ਮਹਾਨ ਸੰਪਰਦਾ ਦੇ ਵਿੱਚੋਂ ਨਿਕਲੇ ਆ। ਔਰ ਮੈਂ ਅਚੇਚੇ ਤੌਰ 'ਤੇ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ, ਆਹ 3 ਮੰਜ਼ਲੀ ਹਾਰ ਬਣਿਆ ਮੋਹਰੇ, ਇਹ 3 ਮਹੀਨੇ ਦੇ ਵਿੱਚ ਬਣਿਆ, ਦਿਨ ਰਾਤ ਇੱਕ ਕਰਕੇ, ਸਾਨੂੰ ਉਮੀਦ ਨਾ ਸੀ ਵੀ ਇਹ ਪੂਰਾ ਹੋ ਜਾਊਗਾ ਪਰ ਉਹ 3 ਮਹੀਨਿਆਂ ਦੇ ਵਿੱਚ ਹਾਲੇ ਚਲੋ ਬਣਨਾ ਬਣ ਰਿਹਾ। ਪਰ ਮੈਂ ਧੰਨਵਾਦ ਕਰਦਾ ਬਾਬੇ ਭੂਰੀ ਵਾਲਿਆਂ ਦਾ, ਉਹਨੇ ਵੀ ਲੰਗਰ ਲਾਇਆ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਮੈਰੀਕਾ ਬੈਠੇ ਸੀ, ਪੰਥ ਦੀ ਚੇਤਾ ਆ ਨਾ ਮਨ ਦੇ ਵਿੱਚ, ਅਤੇ ਕਹਿੰਦੇ ਬਈ ਉੱਥੋਂ ਪ੍ਰਧਾਨ ਜੀ ਸਾਡਾ ਲੰਗਰ ਦਾ ਜਿਹੜਾ ਆ ਉਹ ਹੁਣੇ ਕੋਈ ਰਿਜ਼ਰਵ ਖਾਤਾ ਕਰਦਾ ਹੋ। ਹੋਰ ਸੰਪਰਦਾਵਾਂ ਅਨੇਕਾਂ ਹੀ ਅਨੇਕਾਂ, ਮੈਂ ਇਸ ਕਰਕੇ ਕਹਿੰਦਾ ਕਿ ਬਹੁਤ ਵੱਡੇ ਲੰਗਰ ਤੁਸੀਂ ਲਾਏ ਆ, ਬੜੀ ਵੱਡੀ ਆਉਂਦੀਆਂ ਸੰਗਤਾਂ ਦੀ ਸੇਵਾ ਪਿੰਡਾਂ 'ਚ ਵੀ ਮੈਂ ਦੇਖਦਾ, ਮੋਟਰਾਂ 'ਤੇ ਬੰਬੀਆਂ 'ਤੇ ਕਿਸੇ ਨੇ ਹਵੇਲੀ 'ਚ ਲੰਗਰ ਲਾਇਆ ਆ। ਇਹੋ ਹੀ ਅੱਜ ਦਿੱਤਣਾ ਪਊ ਵੀ ਧਰਤੀ ਗੁਰਾਂ ਦੇ ਨਾਂ 'ਤੇ ਵੱਸਦੀ ਆ ਪਰ ਇਹ 'ਤੇ ਕਾਬਜ ਕਈ ਵਾਰੀ ਹੋਰ ਵੀ ਹੋ ਜਾਂਦੇ ਆ। ਮੈਂ ਨਿਮਰਤਾ ਸਹਿਤ ਸਾਰੀ ਸੰਗਤ ਤੋਂ ਵੀ ਖਿਮਾ ਚਾਹੁੰਦਾ, ਸ਼ਾਇਦ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਐਸੀ ਹੋ ਗਈ ਹੋਵੇ ਉਹ ਜਿਹੜੀ ਉਹ ਜਚੇ ਨਾ ਉਹ ਮੇਰੀ ਝੋਲੀ 'ਚ ਪਾ ਦਿਓ, ਚੰਗੀਆਂ ਗੱਲਾਂ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਵਿੱਚ ਪਾ ਲਈਏ। ਅੰਤ ਦੇ ਵਿੱਚ ਫਿਰ ਮੈਂ ਧੰਨਵਾਦ ਕਰਦਾ ਮੇਰੇ ਵੀਰ ਮਹਿਤਾ ਸਾਹਿਬ ਖੜ੍ਹੇ ਆ ਔਰ ਇਹਨਾਂ ਦੀ ਸਮੁੱਚੀ ਜਿੰਨੀ ਸਾਬ ਕਮੇਟੀ ਬਣਾਈ ਸੀ ਸ਼ਤਾਬਦੀ ਲਈ ਸਾਰੀ ਸਾਬ ਕਮੇਟੀ ਬਣਾਈ ਸੀ, ਉਹ ਸਾਬ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ। ਇਹ 20 ਦਿਨ ਦੇ ਲਗਾਤਾਰ ਜਿਹੜੇ ਸਮਾਗਮ ਇੱਦਾਂ ਹੀ ਚੱਲ ਰਹੇ, ਮਹਾਨ ਨਗਰ ਕੀਰਤਨ ਪਿੰਡ ਪਿੰਡ 'ਚੋਂ ਆਉਂਦੇ ਰਹੇ ਅਤੇ ਮੈਂ ਦੇਖਦਾ 300 ਸਾਲਾਂ ਤੋਂ ਬਾਅਦ ਜਦੋਂ 1999 ਵਿੱਚ ਮਨਾਇਆ ਸੀ ਉਹਦੇ ਉਸੇ ਲੈਵਲ ਦੀ ਆ, ਉਦੋਂ ਵੱਡੀ ਇਹ ਮਹਾਨ ਇਸ ਤੀਰਥ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲੋਕ ਆ ਰਹੇ।
ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਅਤੇ ਬਖਸ਼ਿਸ਼ ਆ। ਅਤੇ ਮੈਂ ਸਾਰੇ 71 ਸਹਿਬਾਨ ਇਕੱਲੇ ਇਕੱਲੇ ਦਾ ਨਾਂ ਲਊਂਗਾ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ। ਅਤੇ ਮੈਂ ਇੱਕ ਇਹ ਵੀ ਮਨ ਵਿੱਚ ਆ ਜਾਂਦੀ, ਮੈਂ ਹਰ ਇੱਕ 'ਤੇ ਬਾਜ ਵਾਲੀ ਅੱਖ ਰੱਖਦਾ ਕਿ ਕਿਹੜੇ ਵਰਕਰ ਨੇ ਕੀ ਕੰਮ ਕੀਤਾ, ਅਤੇ ਜਿਹੜੇ ਚੰਗੇ ਕਰਦੇ ਉਹਨਾਂ ਨੂੰ ਪਾਫੇ ਘੇ ਦੀ ਪਲੀ ਵੀ ਮਾਂ ਪਾਉਂਦੀ ਆ। ਕੋਈ ਗੱਲ ਨਹੀਂ, ਗੁਰੂ ਸਾਹਿਬ ਕਿਰਪਾ ਕਰਨ, ਸਮਰਪਿਤ ਹੋਈਏ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ। ਇਹ ਦੋ ਟੰਗਾਂ ਵਾਲੇ ਅੱਜ ਹੈਗੇ, ਕੱਲ੍ਹ ਨੂੰ ਨਹੀਂ ਹੋਣੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, 11ਵੀਂ ਜੋਤ ਸਾਡੀ ਅਗਵਾਈ ਕਰਦੀ ਆ। ਅੱਜ ਇਹ ਚਿੰਤਾ ਬਣੀ ਹੋਵਾਂ ਕਿ ਇਹ ਅਗਵਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ, ਇਹਦੇ ਵਿੱਚ ਵੀ ਕੋਈ ਵੱਖਰਾਪਨ ਅਡਰਾਪਨ ਕੀਤਾ ਜਾਵੇ, ਇਹ ਹੋਣਾ ਨਹੀਂ ਗਾ, ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਦਿੱਤੀ ਸੀ। ਸੋ ਅੱਜ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਮੈਂ ਦੇਖਦਾ, 4-4 ਘੰਟੇ ਲੋਕ ਖੜ੍ਹੇ ਰਹਿੰਦੇ ਆ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ, ਅਤੇ 10 ਜਾਂ 20 ਸਕਿੰਟ ਨਤਮਸਤਕ ਹੋਣ ਨੂੰ ਮਿਲਦੇ ਹੈ। ਮੈਂ ਤਾਂ ਨਮਸਕਾਰ ਕਰਦਾ ਔਰ ਸੋਚਦਾ ਵੀ ਹੁੰਦਾ, ਗੁਰੂ ਸਾਹਿਬ ਜੀ ਤੇਰੀ ਕਿੱਡੀ ਵੱਡੀ ਕਿਰਪਾ ਅਤੇ ਬਖਸ਼ਿਸ਼ ਆ ਕਿ ਤੂੰ ਇਹ ਮਹਾਨ ਸਾਡੇ ਲਈ ਮਨੁੱਖਤਾ ਦਾ ਕੇਂਦਰ ਸਮੁੱਚਾ ਬਖਸ਼ਿਸ਼ ਕੀਤਾ। ਅੱਜ ਉੱਥੇ ਕੋਈ ਹਿੰਦੂ ਆ ਜਾਏ, ਅੱਜ ਕੋਈ ਮੁਸਲਮਾਨ ਆ ਜਾਏ, ਉੱਥੇ ਕੋਈ ਜੈਨੀ ਆ ਜਾਏ, ਬੋਧੀ ਆ ਜਾਏ, ਸਿੱਖ ਆ ਜਾਏ, ਹੋਰ ਆ ਜਾਏ, ਉਹ ਸਾਰੇ ਜਿਹੜੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੀਡੀਆ ਚੇਚੇ ਤੌਰ 'ਤੇ, ਕਿਉਂਕਿ ਮੀਡੀਆ ਤੋਂ ਬਗੈਰ ਵੀ ਕੰਮ ਨਹੀਂ ਚੱਲਦਾ। ਮੀਡੀਆ ਨੇ ਮੇਰਾ ਖਿਆਲ ਜਿੰਨੀ ਐਡ ਕੀਤੀ ਆ, ਸਾਰੇ ਮੀਡੀਆ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਜਿੰਨੇ ਮਹਾਂਪੁਰਸ਼ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਪਟਨਾ ਸਾਹਿਬ ਵਾਲੇ ਤਖ਼ਤ ਤੋਂ ਆਏ ਆ, ਇਹ ਵੀ ਵਿਲੱਖਣ ਪੱਖ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਵੀ ਅੱਜ 5 ਤਖ਼ਤ ਇੱਕ ਥਾਂ ਇਕੱਤਰ ਆ। ਤਖ਼ਤ ਹਜ਼ੂਰ ਸਾਹਿਬ ਤੋਂ ਆਏ ਸਿੰਘ, ਕਿਉਂਕਿ ਬਾਬਾ ਜੀ ਆਪ ਤਖ਼ਤ ਛੱਡਦੇ ਘੱਟ ਆ। ਸੋ ਇਹਨਾਂ ਸਾਰਿਆਂ ਦਾ ਅਤੇ ਤੁਹਾਡਾ ਸੰਗਤ ਦਾ, ਜੇ ਸੰਗਤ ਨੇ ਲਗਾਤਾਰ, ਕੱਲ੍ਹ ਮੈਂ ਦੇਖਦਾ ਸੀ ਨਗਰ ਕੀਰਤਨ ਸੀ ਜਦੋਂ ਖਡੂਰ ਸਾਹਿਬ ਚਾਲੂ ਹੋਇਆ, ਇਵੇਂ ਹੀ ਸਾਰੇ ਮਹਾਂਪੁਰਸ਼ ਉੱਥੇ ਸੁਸ਼ੋਭਿਤ ਸੀ। ਅਤੇ ਤਕਾਲੀ ਰਾਤ ਨੂੰ ਆ ਕੇ ਅਸੀਂ ਬੜੇ ਤਕਾਲੀ ਸ਼ਾਮਾਂ ਦੇ ਵੇਲੇ, ਜਿੱਡਾ ਵੱਡਾ ਲੋਕਾਂ ਦੇ ਵਿੱਚ ਮੈਂ ਉਹ ਉਤਸ਼ਾਹ ਦੇਖਿਆ, ਅਤੇ ਮੈਂ ਕਹਿੰਦਾ ਸੀ ਹਰਜਿੰਦਰ ਸਿੰਘ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਧਰਤੀ ਆ, ਇਸ ਧਰਤੀ 'ਤੇ ਸਤਿਗੁਰੂ ਨੇ ਬਹੁਤ ਅਸੀਸਾਂ ਦਿੱਤੀਆਂ। ਸਤਿਗੁਰੂ ਜੀ ਨੇ ਧਾਰਮਿਕ ਪੱਖ, ਆਰਥਿਕ ਪੱਖ, ਸਮਾਜਿਕ ਪੱਖ, ਕੋਈ ਪੱਖ ਨਹੀਂ ਛੱਡਿਆ। ਇਸ ਧਰਤੀ ਨੂੰ ਇੰਨੇ ਵਰਦਾਨ ਦਿੱਤੇ, ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਫਿਰ ਦਿਲ ਦੀਆਂ ਡਗਿਆਈਆਂ ਤੋਂ, ਖਾਸ ਕਰਕੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਜਿਹੜੇ ਪ੍ਰਧਾਨ ਅਕਾਲੀ ਦਲ, ਉਹ ਵੀ ਚੇਚੇ ਤੌਰ 'ਤੇ ਪਹੁੰਚੇ, ਅਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਬੈਠੇ ਆ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਵੱਲੋਂ ਉਹ ਵੀ ਪਹੁੰਚਿਆ, ਉਹਨਾਂ ਦਾ ਵੀ ਧੰਨਵਾਦ। ਮਹਾਂਪੁਰਸ਼ ਇੱਧਰ ਸਾਰੇ ਬੈਠੇ ਆ, ਬਾਬਾ ਹਰਦੇਵ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਸ਼, ਹੋਰ ਸਾਰੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਮਹਿਸੂਸ ਕਰਦਾ ਕਿ ਅੱਜ ਤੁਸੀਂ ਜਿਸ ਤਰਜ ਦੇ ਨਾਲ, ਜਿਸ ਰੂਹ ਦੇ ਨਾਲ ਬਹੀਰਾਂ ਕੱਤ ਕਰਕੇ ਤੁਸੀਂ ਤਾਂ ਆਏ ਹਾਂ, ਪਰ ਜਿੰਨੇ ਮਹਾਂਪੁਰਸ਼ਾਂ ਨੇ ਅੱਜ ਅਸੀਸ ਬਖਸ਼ਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਨਾਲ, ਇਹ ਜਿਹੜੀ ਆਪਣਾ ਕਹਿਲਮਾ ਕੋਪਰੇਸ਼ਨ ਕੀਤੀ ਆ, ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਮੈਂ ਆਸ ਵੀ ਰੱਖਦਾ ਇਹ ਜਿਹੜਾ ਸਾਡਾ ਲਿੰਕ ਗੁਰੂ ਸਾਹਿਬ ਇੱਦਾਂ ਹੀ ਬਣਾ ਕੇ ਰੱਖਣ। ਫਿਰ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ ਆਨੰਦਗੜ੍ਹ ਵਾਲੇ ਜਿਹੜੇ ਬੜੀ ਵੱਡੀ ਸੜਕ ਦੀ ਵੀ ਸੇਵਾ ਕਰ ਰਹੇ, ਕਿਹਦਾ ਕਿਹਦਾ ਨਾਂ ਲਵਾਂ, ਸਾਰੇ ਹੀ ਪੂਜਣ ਯੋਗ ਆ, ਜਿੰਨੇ ਵੀ ਪਹੁੰਚੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ, ਬਾਬਾ ਘੋਲਾ ਸਿੰਘ ਜੀ,
ਉਹ ਵੀ ਚੇਚੇ ਤੌਰ 'ਤੇ ਪਹੁੰਚੇ ਆ, ਕਿਉਂਕਿ ਮਹਾਨ ਆਤਮਾ ਪਵਿੱਤਰ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਹੁਣੇ ਮੈਂ ਦੇਖਿਆ ਲੇਟ ਆਏ ਆ, ਉਹਨਾਂ ਦਾ ਵੀ ਧੰਨਵਾਦ। ਸਾਰਿਆਂ ਦਾ ਨਾਂ ਲੈਣ ਲੱਗੂੰ, ਲੰਮਾ ਸਮਾਂ ਲੱਗ ਜਾਊ, ਇਕੱਲੇ ਇਕੱਲੇ ਦਾ ਫਿਰ ਦਿਲ ਦੀਆਂ ਡਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।